ਰਣਵੀਰ ਸਿੰਘ ਨਾਂ ਜੀ ਮੇਰਾ ਜੀ। ਮੈਂ ਗੌਰਮੈਂਟ ਹਾਈ ਸਕੂਲ 'ਚ ਪੜ੍ਹਦਾ ਜੀ, ਸੱਤਵੀਂ ਕਲਾਸ 'ਚ। ਮੈਨੂੰ ਪ੍ਰਿੰਸੀਪਲ ਨੇ ਦੁਮਾਲੇ ਪਿੱਛੇ ਕੁੱਟਿਆ ਜੀ, ਅਤੇ ਹੋਰ ਮੁੰਡਿਆਂ ਨੇ ਵੀ ਮੇਰੇ ਤੋਂ ਪਹਿਲਾਂ ਕੁੱਟਿਆ ਜੀ ਦੁਮਾਲੇ ਪਿੱਛੇ। ਕਹਿੰਦਾ ਦੁਮਾਲਾ ਲਾ ਕੇ ਰੱਖ ਜਾਈ, ਹਾਕੀ ਗਰਾਊਂਡ 'ਚ ਕੁੱਟਿਆ ਜੀ। ਹਾਂਜੀ, ਸਰਕਾਰੀ ਹਸਪਤਾਲ ਲੱਤ 'ਤੇ ਜੀ, ਅਤੇ ਹਾਂ, ਇਹ ਕੱਲ ਸਾਡੇ ਧਿਆਨ 'ਚ ਆਇਆ ਸੀਗਾ। ਇਹ ਤੁਸੀਂ ਕੱਲ ਵੀ ਸਾਡੇ ਕੋਲ ਆਏ ਸੀਗੇ ਇਹਦੇ ਰਿਗਾਰਡਿੰਗਲੀ, ਪਰ ਅਸੀਂ ਦੋਨੋਂ ਪੱਖਾਂ ਨੂੰ ਸੁਣਨਾ ਉਦੋਂ ਹਜੇ ਮੇਰਾ ਬਾਕੀ ਸੀਗਾ, ਤਾਂ ਹੀ ਤੁਹਾਨੂੰ ਕੱਲ ਮੈਂ ਕਿਹਾ ਸੀਗਾ ਕਿ ਆਪਾਂ ਹਜੇ ਕੁਛ ਉਹ 'ਚ ਦੇਖ ਰਹੇ ਹਾਂ। ਤੋ ਸ਼ਾਮ ਤੱਕ ਅਸੀਂ ਉਹਨਾਂ ਨਾਲ ਦੋਨਾਂ ਨਾਲ ਗੱਲ ਕਰਦੇ ਰਹੇ ਹਾਂ। ਥੋੜ੍ਹੀ ਜਿਹੀ ਹਲਕੀ ਜਿਹੀ ਕਿਤੇ ਨਾ ਕਿਤੇ ਕਨਫਿਊਜ਼ਨ ਹੋ ਜਾਂਦੀ ਹੈ, ਥੋੜ੍ਹਾ ਜਿਹਾ ਪ੍ਰਿੰਸੀਪਲ ਸਾਹਿਬ ਸਖਤੀ ਨਾਲ ਪੇਸ਼ ਆਏ, ਥੋੜ੍ਹਾ ਬੱਚੇ ਨੂੰ ਵੀ ਆਈ ਥਿੰਕ ਉਹ ਕਹਿ ਲਓ ਪਰੇਸ਼ਾਨ ਸੀਗਾ ਬੱਚਾ। ਇੱਕ ਛੋਟੇ ਬੱਚੇ ਨੂੰ ਤਾਂ ਦੇਖੋ ਪਿਆਰ ਨਾਲ ਹੀ ਟ੍ਰੀਟ ਕਰਨਾ ਹੁੰਦਾ, ਉੱਚੀ ਆਵਾਜ਼ ਨਾਲ ਵੀ ਨਹੀਂ ਕਰਨਾ ਹੁੰਦਾ। ਪ੍ਰਿੰਸੀਪਲ ਸਾਹਿਬ ਨੂੰ ਅਸੀਂ ਥੋੜ੍ਹਾ ਜਿਹਾ ਸਮਝਾਇਆ ਕਿ ਡਿਸਿਪਲਿਨ ਆਪਣੀ ਜਗ੍ਹਾ, ਪਰ ਬੱਚਿਆਂ ਨਾਲ ਥੋੜ੍ਹਾ ਪ੍ਰੇਮ ਪਿਆਰ ਨਾਲ ਚੱਲਣ। ਤੋ ਸ਼ਾਮ ਵੇਲੇ ਦੋਨਾਂ ਧਿਰਾਂ ਦਾ ਆਪਸ ਦੇ ਵਿੱਚ ਸੁਲਾ ਸਫਾਈ ਹੋਊਗੀ। ਦੇਖੋ ਉਹਨਾਂ ਦੇ ਟੀਚਰ ਨੇ ਅਤੇ ਬੱਚੇ ਨੇ ਵੀ ਉਹਨਾਂ ਨੂੰ ਪਿਆਰ ਨਾਲ ਐਕਸੈਪਟ ਕਰ ਲਿਆ, ਅਤੇ ਉਹ ਵੀ ਹੁਣ ਉਹ ਟੀਚਰ ਨੇ ਉਹਨਾਂ ਨੇ ਬੱਚੇ ਨੂੰ ਆਪਣੇ ਬੱਚੇ ਦੀ ਤਰ੍ਹਾਂ ਐਕਸੈਪਟ ਕਰ ਲਿਆ। ਤੋ ਮੈਨੂੰ ਉਮੀਦ ਹੈ ਕਿ ਅੱਜ ਤੋਂ ਬਾਅਦ ਇਹ ਸਕੂਲ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਇਹੋ ਜਿਹੀ ਕੰਟਰੋਵਰਸ਼ੀਅਲ ਚੀਜ਼ ਨਹੀਂ ਹੋਏਗੀ। ਅਤੇ ਬਟ ਮੈਂ ਬੇਨਤੀ ਕਰਦਾ ਫਿਰ ਵੀ ਇੱਥੇ ਤੁਹਾਡੇ ਚੈਨਲ ਦੇ ਜ਼ਰੀਏ ਬੱਚਿਆਂ ਨੂੰ, ਕਿ ਬੱਚਿਆਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਕਿ ਨੋਟ, ਉਹ ਬੱਚੇ ਕਰਕੇ ਨਹੀਂ ਕਹਿ ਰਿਹਾ, ਮੈਂ ਓਵਰਆਲ ਕਹਿ ਰਿਹਾ ਕਿ ਦੇਖੋ ਭਾਵੇਂ ਤੁਸੀਂ ਸਰਕਾਰੀ ਸਕੂਲ 'ਚ ਪੜ੍ਹਦੇ ਹੋ, ਪਰ ਡਿਸਿਪਲਿਨ ਡਿਸਿਪਲਿਨ ਆ। ਵਰਦੀ ਵਾਂਗ ਪਾ ਕੇ ਜਾਓ, ਚੰਗੀ ਤਰ੍ਹਾਂ ਪੜ੍ਹੋ। ਸਕੂਲ ਨੂੰ ਭੱਜਣ ਨੱਠਣ ਦੇ ਕੰਮ ਨਹੀਂ ਕਰਨੇ ਚਾਹੀਦੇ। ਤੁਸੀਂ ਆਪਣੀ ਜ਼ਿੰਦਗੀ ਬਣਾਉਣੀ ਹੈ, ਕੱਲ੍ਹ ਨੂੰ ਮਾਂ ਪਿਓ ਨੇ ਵੀ ਨਹੀਂ ਹੋਣਾ, ਉਹ ਪ੍ਰਿੰਸੀਪਲ ਨੇ ਵੀ ਨਹੀਂ ਹੋਣਾ, ਟੀਚਰ ਨੇ ਵੀ ਨਹੀਂ ਹੋਣਾ, ਮੈਂ ਵੀ ਨਹੀਂ ਹੋਣਾ। ਤੁਹਾਡੀ ਜ਼ਿੰਦਗੀ ਇੰਡੀਪੈਂਡੈਂਟ ਆ, ਵੱਧ ਤੋਂ ਵੱਧ ਤੁਸੀਂ ਮਿਹਨਤ ਕਰੋ ਅਤੇ ਸਭ ਵਧੀਆ ਹੋਏਗਾ। ਤੋ ਬਸ ਆਹੀ ਹੈ ਜੀ, ਸਾਰਾ ਕੁਛ ਹੁਣ ਹੱਲ ਹੋ ਚੁੱਕਾ। ਨਹੀਂ, ਉਹ ਬੱਚੇ ਨੇ ਜਦੋਂ ਦੇਖੋ ਮਾਫ਼ ਕਰਤਾ, ਅਤੇ ਅਸੀਂ ਉਹਦੇ 'ਚ ਕੁਛ ਨਹੀਂ ਹੈ ਉਹਦੇ 'ਚ ਕੋਈ। ਜੇ ਆਪਾਂ ਦੇਖੋ ਹੁਣ ਆਪਾਂ ਇਸ ਸੋਸਾਇਟੀ 'ਚ ਰਹਿੰਦੇ ਹਾਂ, ਉਹਦੇ 'ਚ ਕੋਈ ਆ ਇਸ ਤਰ੍ਹਾਂ ਨਹੀਂ ਸੀ, ਹਿੰਦੂ ਸਿੱਖ ਵਾਲੀ ਭਾਵਨਾ ਨਹੀਂ ਸੀਗੀ। ਉਹਨੂੰ ਸਿਰਫ ਆਪਾਂ ਇਸ ਤਰ੍ਹਾਂ ਦੇਖਿਆ ਕਿ ਇੱਕ ਟੀਚਰ ਸੀਗਾ ਅਤੇ ਇੱਕ ਬੱਚਾ ਸੀਗਾ। ਉਹ ਹੁਣ ਕਿਸਮਤ ਇਹ ਸੀਗੀ ਕਿ ਟੀਚਰ ਅਲੱਗ ਧਰਮ ਤੋਂ ਹੈ ਅਤੇ ਬੱਚਾ ਅਲੱਗ ਧਰਮ ਤੋਂ ਹੈ। ਤੋ ਹੁਣ ਜਦੋਂ ਟੀਚਰ ਕਿਸੇ ਬੱਚੇ ਨੂੰ ਡਾਂਟਦਾ ਜਾਂ ਗੁੱਸਾ ਹੁੰਦਾ, ਤਾਂ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਨਾ ਕਿ ਅਗਲਾ ਉਹਨੂੰ ਪਹਿਲੇ ਉਹਦਾ ਧਰਮ ਪੁੱਛੇ, ਜਾਤ ਪੁੱਛੇ। ਤੋ ਉਹ ਚੀਜ਼ਾਂ ਹੋ ਜਾਂਦੀਆਂ ਹੁੰਦੀਆਂ ਛੋਟੇ ਹੁੰਦੇ। ਸਾਨੂੰ ਤਾਂ ਇਸ ਤੋਂ ਵੱਧ ਝਾੜਾਂ ਵੀ ਪੈਂਦੀਆਂ ਰਹੀਆਂ, ਅਸੀਂ ਖਾਂਦੇ ਰਹੇ ਹਾਂ। ਬਟ ਚਲੋ, ਸਮੇਂ ਨਾਲ ਚੀਜ਼ਾਂ ਚੇਂਜ ਹੁੰਦੀਆਂ, ਪਰ ਉਹਦੇ 'ਚ ਕੋਈ, ਮੈਂ ਬੇਨਤੀ ਕਰਦਾ ਤੁਹਾਡੇ ਸ਼ਹਿਰ ਵਾਸੀਆਂ ਨੂੰ, ਐਂਡ ਉਹ ਸਮਝਦੇ ਸੀਗੇ ਜਿਨ੍ਹਾਂ ਨੇ ਕੰਪਲੇਂਟ ਵੀ ਕੀਤੀ ਹੈ, ਇਹਦੇ 'ਚ ਕੋਈ ਮੰਦ ਭਾਵਨਾ ਨਹੀਂ ਸੀਗੀ ਕਿ ਧਾਰਮਿਕ। ਇੱਕੋ ਚੀਜ਼ ਇੰਸੀਡੈਂਟ ਹੋ ਗਈ, ਉਹ ਤੋਂ ਉਹਨੇ ਗਲਤੀ ਆਪਣੀ ਮੰਨ ਲਈ, ਉਹਦਾ ਪ੍ਰਗਟਾਵਾ ਹੋ ਗਿਆ, ਦੋਨਾਂ ਦੀ ਸੁਲਾ ਸਫਾਈ ਹੋ ਗਈ। ਆਈ ਥਿੰਕ ਆਪਾਂ ਨੂੰ ਇੱਥੇ ਹੀ ਛੱਡ ਦੇਣਾ ਚਾਹੀਦਾ। ਰਣਵੀਰ ਸਿੰਘ, ਬੱਚਾ ਰਣਵੀਰ ਸਿੰਘ ਜੋ ਗੌਰਮੈਂਟ ਸਕੂਲ ਮੁੰਡਿਆਂ ਵਾਲਾ ਆਪਣੇ ਬਰਨਾਲੇ ਸ਼ਹਿਰ ਦੇ ਵਿੱਚ ਬਣਿਆ, ਉੱਥੇ ਬੱਚਾ ਸੱਤਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ ਜੀ। ਉੱਥੋਂ ਦੇ ਜਿਹੜੇ ਪ੍ਰਿੰਸੀਪਲ ਸਰ ਸੀ ਹਰੀਸ਼ ਬਾਂਸਲ ਜੀ, ਉਹ ਬੱਚਿਆਂ ਨੂੰ ਟਾਰਚਰ ਬਹੁਤ ਕਰਦੇ ਸੀ, ਦੁਮਾਲੇ ਪਿੱਛੇ ਬੱਚੇ ਗੋਲ ਦੁਮਾਲਾ ਬੰਨ੍ਹ ਕੇ ਜਾਂਦੇ ਆ। ਸੋ ਇਹ ਸ਼ਿਕਾਇਤ ਜੀ ਸਾਡੇ ਜਥੇਦਾਰ ਬਾਬਾ ਬਲਵਿੰਦਰ ਸਿੰਘ ਜੀ ਉਹਨਾਂ ਕੋਲ ਪਹੁੰਚੀ। ਉਹਨਾਂ ਨੇ ਫਿਰ ਸਾਨੂੰ ਜ਼ਿਲ੍ਹਾ ਬਰਨਾਲਾ ਦਾ ਪ੍ਰਧਾਨ ਹੋਣ ਦੇ ਨਾਂ 'ਤੇ ਸਾਡੇ ਧਿਆਨ ਦੇ ਵਿੱਚ ਗੱਲ ਆਈ, ਅਤੇ ਅਸੀਂ ਰਾਤੀ ਪਰਿਵਾਰ ਕੋਲ ਆਏ। ਤਕਰੀਬਨ 4-5 ਦੇ ਕਰੀਬ ਸਿਵਲ ਹੋਸਪਿਟਲ ਦੇ ਵਿੱਚ ਬੱਚੇ ਨੂੰ ਐਡਮਿੰਟ ਕਰਾਇਆ ਗਿਆ। ਧਿਆਨ ਦੇ ਵਿੱਚ ਆਉਂਦਿਆਂ ਬੱਚੇ ਦੇ ਲੱਤ 'ਤੇ ਬਹੁਤ ਸੱਟਾਂ ਲੱਗੀਆਂ ਨੇ, ਪ੍ਰਿੰਸੀਪਲ ਪਾਸੋਂ ਜੋ ਡੰਡੇ ਦੇ ਨਾਲ ਮਾਰ ਕੁਟਾਈ ਕੀਤੀ ਗਈ, ਥੱਪੜ ਮਾਰ ਮਾਰ ਕੇ ਬੱਚੇ ਦਾ ਜਿਹੜਾ ਦੁਮਾਲਾ ਸੀ ਉਹ ਵੀ ਖੋਲ੍ਹਿਆ ਗਿਆ। ਹੋਰ ਬੱਚਿਆਂ ਨੂੰ ਵੀ ਕੁੱਟਦੇ ਸੀ ਇਸੇ ਤਰ੍ਹਾਂ ਹੀ, ਜਿਹੜੇ ਉਹਨਾਂ ਦੇ ਹੱਥ 'ਚ ਕੜੇ ਪਾਏ ਹੁੰਦੇ ਸੀ ਉਹ ਵੀ ਲਾਹ ਕੇ ਆਪਦੇ ਕੋਲ ਰੱਖ ਲੈਂਦੇ ਸੀ। ਸੋ ਹੁਣ ਅਸੀਂ ਇਹ ਬੇਨਤੀ ਕਰਦੇ ਹਾਂ ਅਤੇ ਨਾਲੇ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਪ੍ਰਿੰਸੀਪਲ ਨੂੰ ਗੋਲ ਦੁਮਾਲੇ ਤੋਂ ਕੀ ਐਲਰਜੀ ਹੈ ਜੀ, ਕੀ ਪ੍ਰੋਬਲਮ ਆ, ਵੀ ਸਾਨੂੰ ਇਹ ਦੱਸਿਆ ਜਾਵੇ।
ਤੇ ਦੂਜਾ ਨੰਬਰ ਪਰਿਵਾਰ ਨੂੰ ਤੇ ਬੱਚੇ ਨੂੰ ਇਨਸਾਫ ਦਿਵਾਇਆ ਜਾਵੇ। ਜੇ ਮੰਨ ਲਓ ਬਾਬਾ ਜੀ ਨਹੀਂ ਇਨਸਾਫ ਮਿਲਿਆ ਤਾਂ ਬਸ ਤੁਹਾਡੇ ਵੱਲੋਂ ਕੀ ਕਦਮ ਉਠਾਏ ਜਾਣਗੇ? ਸਾਡੇ ਵੱਲੋਂ ਕਦਮ ਇਹ ਹੈ ਜੀ ਵੀ ਅਸੀਂ ਆਪਣੇ ਸਿੱਖ ਜਥੇਬੰਦੀ ਪਾਸੋਂ SKS ਮੈਂਬਰਸ਼ਿਪ ਪੰਜਾਬ ਅਸੀਂ ਫਿਰ ਜਿਹੜੀ ਬਣਦੀ ਕਾਰਵਾਈ ਹੋਊਗੀ ਉਹ ਕੀਤੀ ਜਾਵੇਗੀ ਕਿ ਜਿਹੜਾ ਆਪਣਾ ਗੌਰਮੈਂਟ ਮੁੰਡੇ ਸਕੂਲ ਆ ਉਹਦੇ ਕੋਲ ਪੱਕੇ ਤੌਰ 'ਤੇ ਧਰਨਾ ਲਾਇਆ ਜਾਵੇਗਾ। ਮੇਰਾ ਨਾਮ ਮਲਕਾ ਰਾਣੀ, ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਬਰਨਾਲਾ। ਇਹ ਮਾਮਲਾ ਮੈਨੂੰ ਤੁਹਾਡੇ ਰਾਹੀਂ ਹੀ ਮੇਰੇ ਧਿਆਨ ਵਿੱਚ ਆਇਆ, ਤਾਂ ਜੇ ਕੋਈ ਇਹੋ ਜਿਹੀ ਗੱਲ ਹੈ ਇਹਦੀ ਇਨਕੁਆਇਰੀ ਕੀਤੀ ਜਾਊਗੀ ਅਤੇ ਜਿਹੜੇ ਵੀ ਕਸੂਰਵਾਰ ਜੋ ਵੀ ਹੋਊ, ਜੋ ਪ੍ਰਿੰਸੀਪਲ ਹੈ ਚਾਹੇ ਟੀਚਰ ਹੈ, ਉਹਦੇ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਊਗੀ। ਹਾਂਜੀ, ਜੋ ਵੀ ਹੋਊਗਾ ਵੀ ਬਣਦੀ ਵਿਭਾਗੀ ਕਾਰਵਾਈ ਹਰ ਹਾਲਤ ਵਿੱਚ ਕੀਤੀ ਜਾਊਗੀ। ਗੌਰਮੈਂਟ ਸਕੂਲ 'ਚ ਪੜ੍ਹਦਾ ਜੀ ਸਾਡਾ ਮੁੰਡਾ ਅਤੇ ਇਹਦੇ ਨੇ ਦੁਮਾਲੇ ਬਾਰੇ ਬੋਲਦੇ ਆ ਜੀ, ਸਾਨੂੰ ਇਹੀ ਇਨਸਾਫ ਮਿਲਣਾ ਚਾਹੀਦਾ ਵੀ ਦੁਮਾਲੇ ਦਾ ਵੀ ਨਤੀਜਾ ਕੀ ਹੈਗਾ, ਉਹਨੂੰ ਅਸੀਂ ਇਹੀ ਪੁੱਛਣਾ ਗਾ ਵੀ ਦੋ ਤਿੰਨ ਵਾਰੀ ਇਹਨੇ ਇਹ ਕੰਮ ਕਰਤਾ ਵੀ ਹੁਣ ਅਸੀਂ ਅੱਕ ਕੇ ਆ ਤਾਂ ਉਹ ਚੱਕਿਆ ਕਦਮ ਵੀ ਸਮਝ ਜੀ ਉਹ ਸਮਝਿਆ, ਪਰ ਸਾਨੂੰ ਇਹੀ ਆ ਵੀ ਬਸ ਇਨਸਾਫ ਮਿਲਣਾ ਚਾਹੀਦਾ ਜੀ। ਤੁਹਾਡੇ ਬੇਟੇ ਨੂੰ ਕੁੱਟਿਆ ਵੀ ਗਿਆ ਜੀ? ਹਾਂਜੀ, ਇਹਦੀ ਲੱਤ 'ਤੇ ਡੰਡੇ ਮਾਰੇ ਆ ਜੀ, ਲੱਤਾਂ ਪਾਈਆਂ ਹੋਈਆਂ ਜੀ ਲੱਤ 'ਤੇ, ਜਦੋਂ ਇਹ ਦਰਦ ਹੋਣ ਲੱਗ ਗਿਆ ਜੀ ਅਸੀਂ ਉਦੋਂ ਦਾਖਲ ਕਰਿਆ, ਪਹਿਲਾਂ ਇਹਨੇ ਕੋਈ ਨਹੀਂ ਦੱਸਿਆ ਪਿਆ ਰਿਹਾ ਸਕੂਲੋਂ, ਅਸੀਂ ਆਖਿਆ ਵੀ ਤੂੰ ਖੇਡ ਕਿਉਂ ਨਹੀਂ ਲੱਗਦਾ, ਜਦੋਂ ਅਸੀਂ ਦੇਖਿਆ ਤਾਂ ਮੁੰਡੇ ਦੀ ਲੱਤ ਸੁੱਜ ਗਈ। ਅਸੀਂ ਇਹੀ ਮੰਗ ਕਰਦੇ ਹਾਂ ਵੀ ਬਸ ਜੀ ਦੁਮਾਲੇ ਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ।